ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਪੁਲਿਸ ਅਤੇ ਹੋਰ ਸਾਰੇ ਸਰਕਾਰੀ ਇਗਜ਼ਾਮਾਂ ਦੀ ਤਿਆਰੀ ਕਰਵਾਉਂਦੇ ਹਾਂ ਅਤੇ ਉਹਨਾਂ ਸੰਬੰਧੀ ਜਿਹੜੇ ਲੇਟੈਸਟ ਅਪਡੇਟ ਹੈ ਉਹ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਅੱਜ ਇਸੇ ਸੰਬੰਧ ਵਿੱਚ ਅਸੀਂ ਪੰਜਾਬ ਪੁਲਿਸ ਦੀ ਜਿਹੜੀ ਸੈਲਰੀ ਹੁੰਦੀ ਹੈ ਉਸ ਦੇ ਸੰਬੰਧ ਵਿੱਚ ਤੁਹਾਡੇ ਲਈ ਵੀਡੀਓ ਲੈ ਕੇ حاضر ਹਾਂ ਬਹੁਤ ਸਾਰੇ ਸਟੂਡੈਂਟ ਬਾਰ-ਬਾਰ ਕਮੈਂਟ ਕਰਕੇ ਪੁੱਛਦੇ ਸਨ ਕਿ ਜਿਹੜੇ ਨਵੇਂ ਭਰਤੀ ਹੋਣਗੇ ਹੁਣ ਕਾਂਸਟੇਬਲ ਭਰਤੀ ਹੋਣ ਚਾਹੇ ਚਾਹ ਸਬ ਇੰਸਪੈਕਟਰ ਜਾਂ ਫਿਰ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਜਿਵੇਂ ਪਹਿਲੀ ਵਾਰ ਹੌਲਦਾਰ ਦੀ ਭਰਤੀ ਹੋਣੀ ਹੈ ਉਹਨਾਂ ਦਾ ਜਿਹੜਾ ਸੈਲਰੀ ਹੈ ਉਹ ਕੀ ਹੋਵੇਗੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਹੁਣ 7ਥ ਪੇ ਕਮਿਸ਼ਨ ਜਿਹੜਾ ਸੈਂਟਰ ਦਾ ਲੱਗਦਾ ਸੀ ਉਸੇ ਦੇ ਤਰਜ਼ ਉਤੇ ਪੰਜਾਬ ਦੀਆਂ ਸੈਲਰੀਆਂ ਵੀ ਜਿਹੜੀਆਂ ਹੋ ਨਿਰਧਾਰਿਤ ਕੀਤੀਆਂ ਹਨ ਭਾਵੇਂ ਕਿ ਜਿੰਨੇ ਵੀ ਹੁਣ ਨਵੇਂ ਕਰਮਚਾਰੀ ਭਰਤੀ ਹੋਣਗੇ ਉਹਨਾਂ ਸਾਰਿਆਂ ਨੂੰ ਸੈਂਟਰ ਵਾਲੇ 7th ਪੇ ਸਕੇਲ ਅਨੁਸਾਰ ਹੀ ਜਿਹੜੀ ਸੈਲਰੀ ਮਿਲੀ ਹੈ ਉਸ ਦੇ ਅਨੁਸਾਰ ਪੰਜਾਬ ਵਿੱਚ ਜਿਹੜੀ ਪੁਲਿਸ ਦੀ ਭਰਤੀ ਹੋਣੀ ਹੈ ਕਨਸਟੇਬਲ ਹੋਵੇ ਚਾਹੇ ਸਬ ਇੰਸਪੈਕਟਰ ਹੋਵੇ ਜਾਂ ਫਿਰ ਹੌਲਦਾਰ ਜੋ ਬਿਊਰੋ ਆਫ ਇਨਵੈਸਟੀਗੇਸ਼ਨ ਉਸ ਤੋਂ ਇਲਾਵਾ ਹੋਰ ਲੈਰ ਜੋ ਵੀ ਰੈਂਕ ਹਨ ਜੋ ਵੀ ਤੁਹਾਨੂੰ ਸੈਲਰੀ ਮਿਲੇਗੀ ਜੋ ਅਪਡੇਟ ਹੈ ਲੇਟੈਸਟ ਉਸ ਦੇ ਅਨੁਸਾਰ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗਾ ਕਿ ਤੁਹਾਨੂੰ ਕਿੰਨੀ ਕਿੰਨੀ ਸੈਲਰੀ ਕਿਹੜੇ ਕਿਹੜੇ ਰੈਂਕ ਤੇ ਮਿਲੇਗੀ ਇਸ ਲਈ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਬਿਲਕੁਲ ਵੀਡੀਓ ਨੂੰ ਸਕਿਪ ਨਾ ਕਰਿਓ ਜੋ-ਜੋ ਚੈਨਲ ਤੇ ਪਹਿਲੀ ਵਾਰ ਆਏ ਹਨ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣ ਦੇਖ ਲਓ ਤੁਹਾਡੀ ਸਕਰੀਨ ਉੱਤੇ ਤੁਸੀਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਲੈਟਰ ਹੈ ਇਹ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਠੀਕ ਹੈ ਵਿਸ਼ਾ ਕੀ ਹੈ ਇਸ ਦਾ ਪ੍ਰਬੰਧਕੀ ਵਿਭਾਗ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਇਸੇ ਵਿੱਚ ਹੀ ਪੁਲਿਸ ਜਿਹੜੀ ਆਪਣੀ ਆਉਂਦੀ ਹੈ ਠੀਕ ਹੈ ਵਿਕੇ ਐਸਪੀਯੂ ਉਦੀਨ ਅਸਾਮੀਆਂ ਦੇ 7th ਪੇ ਸੀ ਅਨੁਸਾਰ ਤਨਖਾਹ ਸਕੀਲ ਮੈਟ੍ਰਿਕਸ ਬਾਰੇ ਜਿਹੜੀ ਡਿਟੇਲ ਹੈ ਉਹ ਆਪਾਂ ਨੂੰ ਦਿੱਤੀ ਗਈ ਹੈ ਇਸ ਵਿੱਚ ਠੀਕ ਹੈ ਅੱਗੇ ਆਪਾਂ ਹੁਣ ਦੇਖਦੇ ਹਾਂ ਚਲੋ ਆਪਣੀ ਸਕਰੀਨ ਉੱਤੇ ਆਪਾਂ ਪੂਰੀ ਚੰਗੀ ਤਰ੍ਹਾਂ ਡਿਟੇਲ ਵਿੱਚ ਆਪਾਂ ਜਿਹੜਾ ਉਹ ਦੇਖ ਲਓ ਸਭ ਤੋਂ ਪਹਿਲਾਂ ਆਪਣੇ ਕੋਲ ਦੇਖ ਲਓ ਤੁਸੀਂ ਕਨਸਟੇਬਲ ਰੈਂਕ ਹੁੰਦਾ ਹੈ ਉਸ ਤੋਂ ਬਾਅਦ ਹੈੱਡ ਕਨਸਟੇਬਲ ਦੀ ਪ੍ਰੋਮੋਸ਼ਨ ਹੁੰਦੀ ਹੈ ਫਿਰ ਏਐਸਆਈ ਦੀ ਫਿਰ ਸਬ ਇਨਸਪੈਕਟਰ ਦੀ ਤੇ ਫਿਰ ਇਨਸਪੈਕਟਰ ਦੀ ਠੀਕ ਹੈ ਸਭ ਤੋਂ ਜਿਹੜਾ ਮੇਨ ਹੈ ਪੋਸ਼ਨ ਉਹ ਕਨਸਟੇਬਲ ਚ ਭਰਤੀ ਦਾ ਹੁੰਦਾ ਹੈ ਠੀਕ ਹੈ ਕਨਸਟੇਬਲ ਸਭ ਤੋਂ ਵੱਡੀ ਤਦਾਦ ਵਿੱਚ ਭਰਤੀ ਹੁੰਦੀ ਹੈ ਜਿਵੇਂ ਕਾਉਨਸਟੇਬਲ ਜਿਹੜਾ ਡਿਸਟ੍ਰਿਕਟ ਕਾਡਰ ਦਾ ਹੋ ਗਿਆ ਆਰਮਡ ਅਤੇ ਹੋਰ ਇੰਟੈਲੀਜੈਂਸ ਆਈਟੀਐਨ ਟੀਮਿੰਗ ਇਸ ਤੋਂ ਇਲਾਵਾ ਹੋਰ ਡਿਪਾਰਟਮੈਂਟ ਨੇ ਜਿਨ੍ਹਾਂ ਵਿੱਚ ਭਰਤੀ ਕਾਉਨਸਟੇਬਲ ਦੀ ਹੋਣੀ ਹੈ ਦੂਜੇ ਨੰਬਰ ਤੇ ਇਹ ਆਪਣਾ ਜਿਹੜਾ ਹੌਟ ਕਾਉਨਸਟੇਬਲ ਦੀ ਪਹਿਲੀ ਵਾਰ ਭਰਤੀ ਹੋਣੀ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਤੋਂ ਇਲਾਵਾ ਜਿਹੜੇ ਜਿਹੜੇ ਰੈਂਕ ਆ ਜਿਹੜੇ ਜਿਹੜੇ ਮਤਲਬ ਡਿਪਾਰਟਮੈਂਟ ਜਾਂ ਵਿੰਗਾਂ ਵਿੱਚ ਕਾਉਨਸਟੇਬਲ ਦੀ ਭਰਤੀ ਹੁੰਦੀ ਹੈ ਉਹਨਾਂ ਸਾਰਿਆਂ ਵਿੱਚ ਹੀ ਸਬ ਇਨਸਪੈਕਟਰ ਦੀ ਵੀ ਭਰਤੀ ਜਿਹੜੀ ਕੀਤੀ ਜਾਵੇਗੀ ਇਸ ਵਾਰ ਠੀਕ ਹੈ ਦੇਖੋ ਕਾਉਨਸਟੇਬਲ ਦਾ ਜਿਹੜਾ 1900 ਗ੍ਰੇਡ ਪੇ ਸੀ ਠੀਕ ਹੈ ਉਸ ਦੇ ਅਨੁਸਾਰ ਇਹਨਾਂ ਨੇ ਚੱਕਿਆ ਹੈ ਅਤੇ ਹੁਣ ਜਿਹੜਾ ਇਹ ਸਕੇਲ ਦੇਣਗੇ ਇਹ ਪੇ ਸਕੇਲ ਦੇ ਅਨੁਸਾਰ ਇਹ 19900 ਦੇ ਤਕਰੀਬਨ ਜਿਹੜੀ ਬੇਸਿਕ ਪੇ ਕੌਨਸਟੇਬਲ ਨੂੰ ਦੇਣਗੇ ਠੀਕ ਹੈ ਨੋਟ ਕਰ ਲਈਓ ਤੇ ਕੌਨਸਟੇਬਲ ਨੂੰ ਜਿਹੜੀ ਬੇਸਿਕ ਮਿਲੇਗੀ ਉਹ ਹੋਵੇਗੀ 19900 ਇਹ ਨੋਟ ਕਰਿਓ ਇਸ ਨੂੰ ਇਹ ਬੇਸਿਕ ਹੈ ਸਿਰਫ ਤੇ ਸਿਰਫ ਬੇਸਿਕ ਠੀਕ ਹੈ ਬੇਸਿਕ ਵਿੱਚ ਅੱਗੇ ਤਨਖਾਹ ਕਿਵੇਂ ਬਣਦੀ ਹੈ ਬੇਸਿਕ ਪਲੱਸ ਡੀਏ ਹੁੰਦਾ ਹੈ ਡੀਏ ਜੋ ਜਿਸ ਨੂੰ ਕਿ ਮਹਿੰਗਾਈ ਪੱਤਾ ਕਹਿੰਦੇ ਹਨ ਠੀਕ ਹੈ ਪਲੱਸ ਐਚਆਰਏ ਮਤਲਬ ਹਾਊਸ ਰੈਂਟ ਅਲਾਉਂਸ ਪਲੱਸ ਕੁਝ ਹੋਰ ਅਦਰ ਅਲਾਉਂਸਸ ਹੁੰਦੇ ਆ ਉਹਨਾਂ ਸਾਰਿਆਂ ਨੂੰ ਜੋੜ ਕੇ ਜਿਹੜੀ ਤੁਹਾਡੀ ਪ੍ਰੋਪਰ ਜਿਹੜੀ ਪੂਰੀ ਸੈਲਰੀ ਬਣੇਗੀ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦਾ ਮੈਂ 19900 ਜੇਕਰ ਬੇਸਿਕ ਹੈ ਤਾਂ ਡੀਏ ਵਗੈਰਾ ਮਿਲਾ ਕੇ ਜਿਹੜਾ ਨਵੇਂ ਰਿਕਰੂਟਮੈਂਟ ਹੋਣਗੇ ਕਾਂਸਟੇਬਲ ਕਾਂਸਟੇਬਲ ਦੀ ਰੈਂਕ ਤੇ ਰਿਕਰੂਟ ਹੋਣਗੇ ਉਹਨਾਂ ਦੀ ਜਿਹੜੀ ਸੈਲਰੀ ਹੋਗੀ ਤਕਰੀਬਨ ਤਕਰੀਬਨ 25000 ਪਲੱਸ ਹੀ ਹੋਵੇਗੀ ਠੀਕ ਹੈ ਕਾਂਸਟੇਬਲ ਦੀ ਜਿਹੜੀ ਸੈਲਰੀ ਹੋਵੇਗੀ ਤਕਰੀਬਨ ਤਕਰੀਬਨ 25000 ਪਲੱਸ ਹੋਵੇਗੀ ਬਾਕੀ ਜੋ ਪੰਜਾਬ ਸਰਕਾਰ ਦਾ ਜੋ ਇਹਨਾਂ ਨੇ ਬਣਾਇਆ ਹੋਇਆ ਹੈ ਕਿ ਬੇਸਿਕ ਤੇ ਹੀ ਦੇਣੀ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਦੇ ਜੇਕਰ ਬੇਸਿਕ ਪੇ ਦਿੰਦੇ ਹਨ ਤਾਂ ਪਹਿਲੇ 3 ਸਾਲ ਜਿਹੜੀ ਉਹ 19900 ਬੇਸਿਕ ਪੇ ਹੀ ਮਿਲੇਗੀ ਪਰੰਤੂ ਜੇਕਰ ਪੂਰੀ ਸੈਲਰੀ ਦਿੰਦੇ ਹਨ ਇੱਥੇ ਤਾਂ ਸਟਾਰਟਿੰਗ ਵਿੱਚ ਹੀ ਤੁਹਾਡੀ ਪੂਰੀ ਸੈਲਰੀ ਜਿਹੜੀ ਕੌਨਸਟੇਬਲ ਦੀ ਉਹ 25000 ਹੋਵੇਗੀ ਇਹ ਕੌਨਸਟੇਬਲ ਚਾਹੇ ਡਿਸਟ੍ਰਿਕਟ ਕਾਡਰ ਦਾ ਭਰਤੀ ਹੋਵੇ ਚਾਹੇ ਕੌਨਸਟੇਬਲ ਇਹ ਆਰਮਡ ਦਾ ਹੋਵੇ ਚਾਹੇ ਇੰਟੈਲੀਜੈਂਸ ਦਾ ਚਾਹੇ ਹੋਰ ਕਿਸੇ ਵਿੰਗ ਦਾ ਜੋ ਵੀ ਕੌਨਸਟੇਬਲ ਰੈਂਕ ਤੇ ਭਰਤੀ ਹੋਵੇਗਾ ਉਸਦੀ ਤਕਰੀਬਨ ਸੈਲਰੀ ਜਿਹੜੀ 19900 ਬੇਸਿਕ ਅਤੇ ਜੇ ਪੂਰੀ ਸੈਲਰੀ ਦੇਖੀ ਜਾਵੇ ਤਾਂ 25000 ਦੇ ਤਕਰੀਬਨ ਬਣਦੀ ਹੈ ਠੀਕ ਹੈ ਇਹ ਸੈਲਰੀ ਤੁਹਾਨੂੰ ਮਿਲੇਗੀ ਠੀਕ ਹੈ ਅੱਗੇ ਹੁਣ ਦੇਖੋ ਹੈਡ ਕਨਸਟੇਬਲ ਦੀ ਹੈਡ ਕਨਸਟੇਬਲ ਦਾ ਵੀ ਇਹਨਾਂ ਨੇ ਜਿਹੜਾ ਬੇਸਿਕ uh, ਜਿਹੜੀ 2006 ਦੇ ਅਨੁਸਾਰ ਸੇਮ ਸੀ ਅਤੇ ਗ੍ਰੇਡ ਪੇ 24 ਸੀ ਹੁੰਦਾ 2400 ਜਿਹੜਾ ਹੁੰਦਾ ਸੀ ਹੈਡ ਕਨਸਟੇਬਲ ਦਾ ਜੇਕਰ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੈ ਕਿ ਬੀਓਆਈ ਵਿੱਚ ਡਾਇਰੈਕਟ ਰਿਕਰੂਟਮੈਂਟ ਹੋਣੀ ਹੈ ਕਨਸਟੇਬਲ ਦੀ ਠੀਕ ਹੈ ਸੈਡ ਕਨਸਟੇਬਲ ਦੀ ਬੀਓਆਈ ਵਿੱਚ ਠੀਕ ਹੈ ਸਿਰਫ ਤੇ ਸਿਰਫ ਬੀਓਆਈ ਹੈ ਜਿਸ ਵਿੱਚ ਕੇ ਹੈਡ ਕਨਸਟੇਬਲ ਦੀ ਜਿਹੜੀ ਡਾਇਰੈਕਟ ਰਿਕਰੂਟਮੈਂਟ ਹੈ ਜਿਹੜੀ ਹੋਣੀ ਹੈ ਅਤੇ ਇਸ ਵਿੱਚ ਇਹਨਾਂ ਨੇ ਕਿੰਨੀ ਸੈਲਰੀ ਦੇਣੀ ਹੈ 25500 25500 ਜਿਹੜਾ 7th ਪੇ ਦੇ ਅਨੁਸਾਰ ਬੇਸਿਕ ਹੈ 25500 ਠੀਕ ਹੈ ਜੇ 25500 ਬੇਸਿਕ ਬਣਦੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜੇ 3 ਸਾਲ ਬੇਸਿਕ ਮਿਲਦੀ ਹੈ ਤਾਂ 25500 ਹੀ ਮਿਲੇਗਾ ਪਰੰਤੂ ਜੇਕਰ ਪੂਰੀ ਸੈਲਰੀ ਮਿਲਦੀ ਹੈ ਪਲੱਸ ਡੀਏ ਪਲੱਸ ਐਚਆਰਏ ਪਲੱਸ ਅਦਰ ਅਲਾਉਨਸਸ ਠੀਕ ਹੈ ਜਿਵੇਂ ਮੈਂ ਤੁਹਾਨੂੰ ਦੱਸਦਾ ਡੀਏ ਹੁੰਦਾ ਮਹਿੰਗਾਈ ਪੱਤਾ ਐਚਆਰਏ ਹਾਊਸ ਰੈਂਟ ਅਲਾਉਨਸ ਹੁੰਦਾ ਹੈ ਅਤੇ ਅਦਰ ਅਲਾਉਨਸ ਜਿਹੜੇ ਮਿਲਦੇ ਹੈ ਜੇਕਰ ਇਹ ਸਾਰੇ ਤਕਰੀਬਨ ਮਿਲਣਗੇ ਤਾਂ ਜਿਹੜੀ ਹੌਲਦਾਰ ਦੀ ਜਿਹੜੀ ਅਸਾਮੀ ਹੈ ਉਸ ਦੇ ਲਈ 30000 ਦਾ ਜਿਹੜਾ ਸੈਲਰੀ ਪੈਕੇਜ ਮਿਲੇਗਾ ਠੀਕ ਹੈ ਕੌਨਸਟੇਬਲ ਲਈ ਕਿੰਨਾ ਸੀਗਾ 25000 ਅਤੇ ਹੌਲਦਾਰ ਲਈ ਕਿੰਨਾ ਹੋ ਗਿਆ 30000 ਠੀਕ ਹੈ ਇਹ ਨੋਟ ਕਰ ਲਿਓ ਇਸ ਨੂੰ ਕਿਉਂਕਿ ਨਵੇਂ ਜਿੰਨੇ ਵੀ ਰਿਕਰੂਟਮੈਂਟ ਜਿੰਨੇ ਵੀ ਨਵੇਂ ਰਿਕਰੂਟ ਹੋਣਗੇ ਉਹਨਾਂ ਸਾਰਿਆਂ ਨੂੰ ਇੰਨੀ ਹੀ ਸੈਲਰੀ ਜਿਹੜੀ ਉਹ ਮਿਲੇਗੀ ਠੀਕ ਹੈ ਅੱਗੇ ਗੱਲ ਕਰਦੇ ਹਾਂ ਏਐਸਆਈ ਦੀ ਹਾਲਾਂਕਿ ਹੁਣ ਏਐਸਆਈ ਜਿਹੜਾ ਇਸ ਦੀ ਡਾਇਰੈਕਟਰ ਰਿਕਰੂਟਮੈਂਟ ਕੋਈ ਨਹੀਂ ਹੁੰਦੀ ਪਰੰਤੂ ਜਿਹੜਾ ਇਹਨਾਂ ਨੇ ਏਐਸਆਈ ਦਾ ਸੈਲਰੀ ਦਾ ਪੈਕੇਜ ਰੱਖਿਆ ਹੈ ਬੇਸਿਕ ਪੇ ਜਿਹੜੀ ਰੱਖੀ ਹੈ ਉਹ 29200 ਹੀ ਰੱਖੀ ਹੈ ਠੀਕ ਹੈ ਭਾਵੇਂ ਜਿਹੜੀ ਹੈਡ ਕਾਂਸਟੇਬਲ ਨੂੰ ਜਿਹੜੀ ਨੇ ASI ਨੂੰ ਜਿਹੜੀ ਸੈਲਰੀ ਬਣਦੀ ਬਣੇਗੀ ਤਕਰੀਬਨ ਇਹ ਤੁਸੀਂ ਪ੍ਰਮੋਸ਼ਨ ਹੋ ਕੇ ਹੀ ਇੱਥੇ ਜਾਓਗੇ ਵੈਸੇ ਹੁਣ ਸਿੱਧੀ ਰਿਕਰੂਟਮੈਂਟ ਜਿਹੜੀ ASI ਦੀ ਕੋਈ ਨਹੀਂ ਹੁੰਦੀ ASI ਦੀ ਜਿਹੜੀ ਤਕਰੀਬਨ ਸਟਾਰਟਿੰਗ ਸੈਲਰੀ ਹੋਵੇਗੀ ਉਹ 35000 ਹੋਵੇਗੀ ਪਲੱਸ ਡੀਏ ਵਗੈਰਾ ਸਾਰਾ ਕੁਝ ਜੋੜ ਕੇ ਅਤੇ ਬੇਸਿਕ ਕਿੰਨੀ ਹੈ 29900 ਕਿਉਂਕਿ ਇੱਥੇ ਬੇਸਿਕ ਦਾ ਕੋਈ ਮਤਲਬ ਨਹੀਂ ਰਹਿੰਦਾ ਕਿਉਂਕਿ ਇਹ ਸਿਰਫ ਤੇ ਸਿਰਫ ਤੁਸੀਂ ਪ੍ਰਮੋਸ਼ਨ ਹੋ ਕੇ ਜਾਓਗੇ ਪਹਿਲਾਂ ਤੁਸੀਂ ਕਾਂਸਟੇਬਲ ਰੈਂਕ ਤੇ ਭਰਤੀ ਹੁੰਦੇ ਹੋ ਫਿਰ ਤੁਹਾਡੀ ਹੈਡ ਕਾਂਸਟੇਬਲ ਰੈਂਕ ਤੇ ਪ੍ਰਮੋਸ਼ਨ ਹੁੰਦੀ ਹੈ ਠੀਕ ਹੈ ਫਿਰ ਐਸਆਈ ਰੈਂਕ ਤੇ ਪ੍ਰਮੋਸ਼ਨ ਹੁੰਦੀ ਹੈ ਫਿਰ ਸਬ ਇਨਸਪੈਕਟਰ ਤੇ ਅਤੇ ਫਿਰ ਇਨਸਪੈਕਟਰ ਤੇ ਠੀਕ ਹੈ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਡਾਇਰੈਕਟ ਸਬ ਇਨਸਪੈਕਟਰ ਭਰਤੀ ਹੋਣਗੇ ਡਾਇਰੈਕਟ ਸਬ ਇਨਸਪੈਕਟਰ ਜਿਹੜੇ ਜਿਹੜੇ ਸਾਰੇ ਵਿੰਗਾਂ ਵਿੱਚ ਜਿੱਥੇ ਜਿੱਥੇ ਵੀ ਕਨਸਟੇਬਲ ਦੀ ਭਰਤੀ ਹੁੰਦੀ ਹੈ ਉੱਥੇ ਸਾਰੇ ਵਿੰਗਾਂ ਵਿੱਚ ਡਾਇਰੈਕਟ ਸਬ ਇਨਸਪੈਕਟਰ ਦੀ ਭਰਤੀ ਹੁੰਦੀ ਹੈ ਸਬ ਇਨਸਪੈਕਟਰ ਦਾ ਜਿਹੜਾ ਪੇ ਸਕੇਲ ਇਹਨੇ ਚੱਕਿਆ ਹੈ 2006 ਤੋਂ ਚੱਕਿਆ ਹੈ ਦੇਖ ਲਓ 2006 ਵਿੱਚ ਬਹੁਤ ਘੱਟ ਸੀ 10300 34800 3600 ਸਬ ਇਨਸਪੈਕਟਰ ਦੀ ਜਿਹੜੀ ਸੈਲ 35400 ਠੀਕ ਹੈ 35400 ਜਿਹੜੀ ਬੇਸਿਕ ਹੈ ਠੀਕ ਹੈ 35400 ਇਹ ਦੇਖ ਲਓ 35400 ਬੇਸਿਕ ਹੈ ਭਾਪਕੇ ਇਸ ਵਿੱਚ ਇਹ ਡੀਏ ਵਗੈਰਾ ਸਾਰਾ ਕੁਝ ਮਿਲਾ ਕੇ ਤਕਰੀਬਨ ਤਕਰੀਬਨ ਇਹ 40000 ਦੇ ਤਕਰੀਬਨ ਬਣ ਜਾਵੇਗੀ ਠੀਕ ਹੈ ਸੈਲਰੀ ਹੁਣ ਦੇਖੋ ਕਿੰਨਾ ਫਰਕ ਹੈ ਜੋ ਅੱਜ ਤੋਂ ਪਹਿਲਾਂ 2016 ਜਾਂ 2011 ਵਿੱਚ ਭਰਤੀ ਹੋਏ ਸਨ ਜੋ 12 ਵਿੱਚ ਭਰਤੀ ਹੋਏ ਸਨ ਉਸ ਟਾਈਮ ਜਿਹੜਾ ਕਨਸਟੇਬਲ ਸੀ ਉਸੇ ਨੂੰ ਹੀ ਜਿਹੜੀ ਪੂਰੀ ਸੈਲਰੀ ਸੀ ਉਹ ਤਕਰੀਬਨ 38000 ਦੇ ਕਰੀਬ ਪੂਰੀ ਸੈਲਰੀ ਮਿਲਦੀ ਸੀ ਅਤੇ ਅੱਜ ਦੇ ਕਾਂਸਟੇਬਲ ਨੂੰ ਕਿੰਨੀ ਮਿਲੇਗੀ ਲਗਭਗ 25000 ਦੇ ਕਰੀਬ ਦੇਖ ਲਓ ਉਹ ਤੁਸੀਂ 10 ਤੋਂ 12000 ਦਾ ਫਰਕ ਹੈ ਸੈਲਰੀ ਦਾ ਕਿੰਨਾ ਸਰਕਾਰ ਨੇ ਇੱਥੇ ਜਿਹੜਾ ਗੈਪ ਪਾ ਦਿੱਤਾ ਹੈ ਇਸ ਵਿੱਚ 25000 ਤੇ ਇੱਕ ਪਾਸੇ ਇੱਕ ਪਾਸੇ 38000 ਠੀਕ ਹੈ ਇੰਨਾ ਫਰਕ ਹੋਵੇਗਾ ਅਤੇ ਦੂਜੇ ਪਾਸੇ ਸਾਬ ਇਨਸਪੈਕਟਰ ਦੀ ਗੱਲ ਕਰੀਏ ਜੇਕਰ ਆਪਾਂ ਸਾਬ ਇਨਸਪੈਕਟਰ ਨੂੰ ਜਿਹੜੇ ਹੁਣ ਭਰਤੀ ਹੋਣਗੇ ਉਹਨਾਂ ਨੂੰ ਤਕਰੀਬਨ ਤਕਰੀਬਨ ਪੂਰੀ ਸੈਲਰੀ ਜਿਹੜੀ 40000 ਪਲੱਸ ਹੋਵੇਗੀ ਅਤੇ ਜਿਹੜੇ ਪਹਿਲਾ 2016 ਜਾਂ ਗੈਰੰਟ ਪੜਤੀ ਹੋਏ ਸੀ ਉਹਨਾਂ ਦੀ ਸਟਾਰਟਿੰਗ ਸੈਲਰੀ ਸੀ ਜਿਹੜੀ 50000 ਸੀ ਇੱਥੇ ਵੀ ਜਿਹੜਾ ਦੇਖ ਲਓ ਕਿੰਨਾ بڑا ਅਮਾਉਂਟ ਦਾ ਫਰਕ ਆ ਗਿਆ ਪੂਰਾ 10000 ਦਾ ਜਿਹੜਾ ਸਬ ਇਨਸਪੈਕਟਰ ਦੀ ਸੈਲਰੀ ਦਾ ਵੀ ਫਰਕ ਆ ਗਿਆ ਭਾਵ ਕਿ ਐਨੀ ਸੈਲਰੀ ਜਿਹੜੀ ਹੁਣ ਨਵੇਂ ਰਿਕਰੂਟਮੈਂਟ ਹੋਣਗੇ ਉਹਨਾਂ ਦੀ ਘਟ ਹੋਵੇਗੀ ਠੀਕ ਹੈ ਇਹ ਸੈਲਰੀਆਂ ਦੇਖ ਲਓ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਦਿੱਤੀਆਂ ਹਨ ਇਸ ਤਰ੍ਹਾਂ ਦੀ ਸੈਲਰੀ ਜਿਹੜੇ ਤੁਹਾਨੂੰ ਮਿਲਦੀਆਂ ਹਨ ਇਹ ਵਿੱਤੀ ਵਿਭਾਗ ਵੱਲੋਂ ਜਿਹੜੀਆਂ ਜੋ ਜੋ ਜਿਹੜੇ ਇਹਨਾਂ ਨੂੰ ਕਾਪੀ ਕੀਤਾ ਹੋਇਆ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਠੀਕ ਹੈ ਇਹ ਲੈਟਰ ਜਿਹੜਾ ਜਾਰੀ ਹੋਇਆ ਹੈ ਇਸ ਵਿੱਚ ਡਿਟੇਲ ਵਿੱਚ ਤੁਹਾਡੇ ਸਾਹਮਣੇ ਇਹ ਆਪਣੇ ਆਪ ਵੀ ਤੁਸੀਂ ਪੜ੍ਹ ਸਕਦੇ ਹੋ ਠੀਕ ਹੈ ਇਨਸਪੈਕਟਰ ਅੱਗੇ ਗੱਲ ਕਰਦੇ ਹਾਂ ਸਾਬ ਇਨਸਪੈਕਟਰ ਤੋਂ ਬਾਅਦ ਇਨਸਪੈਕਟਰ ਰੈਂਕ ਤੇ ਪ੍ਰੋਮੋਸ਼ਨ ਹੁੰਦੀ ਹੈ ਠੀਕ ਹੈ ਇਸ ਜਿਹੜਾ ਸਕੇਲ ਵਿੱਚ ਇਹਨਾਂ ਨੇ ਇਨਸਪੈਕਟਰ ਰੈਂਕ ਦੀ ਵੀ ਜਿਹੜੀ ਸਹੀ ਸੈਲਰੀ ਰੱਖੀ ਹੈ 35400 ਸੇਮ ਸੈਲਰੀ ਰੱਖੀ ਹੈ 35400 ਹੀ ਠੀਕ ਹੈ ਹੁਣ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਤਕਰੀਬਨ ਪਤਾ ਲੱਗ ਗਿਆ ਹੋਵੇਗਾ ਕਿ ਜਿੰਨੇ ਵੀ ਨਵੇਂ ਸਿਪਾਈ ਭਰਤੀ ਹੋਣਗੇ ਉਹਨਾਂ ਦੀ ਸੈਲਰੀ ਹੋਵੇਗੀ 25000 ਦੇ ਕਰੀਬ ਇਹ ਹੈ ਪੂਰੀ ਸੈਲਰੀ ਬੇਸਿਕ ਪਲਸ ਡੀਏ ਵਗੈਰਾ ਅਤੇ ਜਿਹੜੇ ਸਬ ਇਨਸਪੈਕਟਰ ਭਰਤੀ ਹੋਣਗੇ ਉਹਨਾਂ ਦੀ ਸੈਲਰੀ ਹੋਵੇਗੀ 40000 ਦੇ ਕਰੀਬ ਠੀਕ ਹੈ ਐਨਾ ਤੁਹਾਡਾ ਜਿਹੜਾ ਸੈਲਰੀ ਦਾ ਪੈਕੇਜ ਉਹ ਸਰਕਾਰ ਵੱਲੋਂ ਤੁਹਾਨੂੰ ਦਿੱਤਾ ਜਾਵੇਗਾ ਠੀਕ ਹੈ ਅੱਜ ਦੀ ਵੀਡੀਓ ਵਿੱਚ ਹੁਣ ਐਨਾ ਹੀ ਇਸ ਤੋਂ ਇਲਾਵਾ ਹੋਰ ਅਪਡੇਟ ਪੁਲਿਸ ਦੀ ਭਰਤੀ ਸੰਬੰਧੀ ਜਦੋਂ ਵੀ ਕੋਈ ਆਉਂਦਾ ਹੈ ਜੀ ਕਦੋਂ ਭਰਤੀ ਨਿਕਲਣੀ ਹੈ ਕਦੋਂ ਫਾਰਮ ਅਪਲਾਈ ਹੁਣ ਕੀ ਕੀ ਕ੍ਰਾਈਟੇਰੀਆ ਹੋਵੇ ਕੀ ਉਮਰ ਰੇਜ ਵਗੈਰਾ ਸਾਰਾ ਕੁਝ ਇਸ ਚੈਨਲ ਉੱਤੇ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਤਾਂ ਕਿ ਇਸ ਤਰ੍ਹਾਂ ਦੀ ਕਿਸੇ ਵੀ ਵੀਡੀਓ ਤੋਂ ਸਾਡੀ ਤੋਂ ਵਾਂਝੀ ਨਾ ਰਹਿ ਜਾਵੇ ਅਤੇ ਹੋਰ ਲੇਟੈਸਟ ਅਪਡੇ ਟੈਲੀਗ੍ਰਾਮ ਲਿੰਕ ਅਤੇ ਇੰਸਟਾਗ੍ਰਾਮ ਲਿੰਕ ਨੂੰ ਜੁਆਇਨ ਕਰ ਲਓ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਅੱਜ ਦੀ ਵੀਡੀਓ ਚੰਨਾਈ ਧੰਨਵਾਦ